ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪਰਮਾਤਮਾ ਕੀ ਅਰਦਾਸ ਕਰਦਾ, ਸਾਰੇ ਚੜ੍ਹਦੀ ਕਲਾ 'ਚ ਰਹੋ ਅਤੇ ਤੰਦਰੁਸਤ ਰਹੋ। ਅਤੇ ਅੱਜ ਆਪਾਂ ਆਏ ਹਾਂ ਜੀ ਆਪਣੇ ਪੁਰਾਣੇ ਪਿੰਡ, ਜਿਹੜਾ ਸਾਡਾ ਪੁਰਾਣਾ ਜੱਦੀ ਪਿੰਡ ਹੈਗਾ ਹੈ ਮੁਗਲ ਮਾਜਰੀ। ਅਤੇ ਇੱਕ ਸਾਡੇ ਮਤਲਬ ਕਿ ਜਿਹੜਾ ਪਰਿਵਾਰ ਹੈਗਾ ਇਹ ਮਤਲਬ ਇਹਨਾਂ ਦੀ ਮਾਨਤਾ ਵੀ ਜਦੋਂ ਵੀ ਕੋਈ ਜਦੋਂ ਬੱਚਾ ਹੁੰਦਾ ਜਾਂ ਪਹਿਲਾਂ ਅਨਾਜ ਹੁੰਦਾ ਸੀਗਾ ਤਾਂ ਇਹ ਕੀ ਕਰਦੇ, ਇੱਥੇ ਆ ਕੇ ਨਾ ਬਾਬਾ ਸ਼੍ਰੀ ਚੰਦ ਜੀ ਦਾ ਇੱਕ ਸਥਾਨ ਬਣਿਆ ਹੋਇਆ ਸਾਡੇ ਪਿੰਡ ਦੇ ਵਿੱਚ, ਅਤੇ ਉੱਥੇ ਆ ਕੇ ਚੜ੍ਹਾਉਂਦੇ ਸੀਗੇ। ਅਤੇ ਹੁਣ ਇਨਾਇਤ ਕਾਫੀ ਵੱਡੀ ਹੋ ਗਈ, ਤਕਰੀਬਨ 2 ਸਾਲ ਤੋਂ ਪਲੱਸ ਦੀ ਹੋ ਗਈ, ਪਰ ਉਹਦਾ ਹਾਲ ਤੱਕ ਕਿਤੇ ਵੀ ਮੱਥਾ ਨਹੀਂ ਸੀ ਟਿਕਾਇਆ। ਅਤੇ ਮੰਮੀ ਨੇ ਕਾਫੀ ਟਾਈਮ ਤੋਂ ਕਹਿ ਰਹੇ ਸੀਗੇ ਕਿ ਕਹਿੰਦੇ ਵੀ ਇਹਦੇ ਮੱਥਾ ਟਿਕਾ ਕੇ ਲੈ ਆਉਣਾ, ਟਿਕਾ ਕੇ ਲੈ ਆਉਣਾ ਹੈ। ਅਤੇ ਅੱਜ ਐਤਵਾਰ ਦਾ ਦਿਨ ਸੀਗਾ, ਉਹਦੇ ਕਰਕੇ ਸਾਡਾ ਬਣਿਆ ਸੀਗਾ ਵਿਚਾਰ ਵੀ ਚਲੋ ਅੱਜ ਹੈਗਾ ਟਾਈਮ, ਨਾਲੇ ਮੈਂ ਕਿਹਾ ਮੈਂ ਵੀ ਘੁੰਮਿਆ ਆਊਂਗਾ ਬਹਾਨੇ ਸਿਰ। ਅਤੇ ਅਸੀਂ ਅੱਜ ਇੱਥੇ ਆਏ ਹਾਂ ਬਾਬਾ ਸ਼੍ਰੀ ਚੰਦ ਜੀ ਦਾ ਜਿਹੜਾ ਸਥਾਨ ਆ ਸਾਡੇ ਪਿੰਡ ਮੁਗਲ ਮਾਜਰੀ, ਪੁਰਾਣਾ ਜਿਹੜਾ ਪਿੰਡ ਹੈ ਉੱਥੇ। ਅਤੇ ਜਿਹੜੇ ਪਹਿਲਾਂ ਇੱਥੇ ਉਹ ਸੀਗੇ ਮਹੰਤ ਸੀਗੇ, ਜਿਹੜੇ ਉਹਦੇ ਦੇਖ ਰੇਖ ਕਰਦੇ ਸੀਗੇ, ਉਹ ਮੇਵਾਦਾਸ ਜੀ ਸੀਗੇ, ਉਹ ਸਾਨੂੰ ਚੰਗੀ ਤਰ੍ਹਾਂ ਜਾਣਦੇ ਸੀਗੇ। ਅਤੇ ਹੁਣ ਮਤਲਬ ਕਿ ਜਿਹੜੇ ਇੱਥੇ ਦੇ ਉਹ ਹੈ ਉਹ ਵੀ ਵੈਸੇ ਤਾਂ ਜਾਣਦੇ ਚੰਗੀ ਤਰ੍ਹਾਂ, ਕਿਉਂਕਿ ਅਸੀਂ ਪਹਿਲਾਂ ਆਉਂਦੇ ਰਹਿੰਦੇ ਹਾਂ ਹਰ ਸਾਲ। ਅਤੇ ਇੱਥੇ ਉਹਨਾਂ ਦੀ ਜਿਹੜੀ ਬਰਸੀ ਹੈ ਉਹ ਵੀ ਮਨਾਉਂਦੇ ਰਹਿੰਦੇ ਹਾਂ, ਜਿਹੜੀ ਪਿਛਲੇ ਸੰਤ ਸੀਗੇ ਮੇਵਾਦਾਸ ਜੀ। ਅਤੇ ਬਾਕੀ ਹੁਣ ਇੱਥੇ ਦਾ ਜਿਹੜਾ ਮਾਹੌਲ ਬਹੁਤ ਸੋਹਣਾ ਹੈ, ਬਹੁਤ ਵਧੀਆ ਮਤਲਬ ਕਿ ਮਾਹੌਲ ਹੈ, ਜਦੋਂ ਵੀ ਆਉਂਦੇ ਅਸੀਂ ਸਾਨੂੰ ਬਹੁਤ ਵਧੀਆ ਲੱਗਦਾ ਹੈ। ਅਤੇ ਪੁਰਾਣੀਆਂ ਜਿਹੜੀਆਂ ਕਹਿ ਲਓ ਬਚਪਨ ਦੀਆਂ ਯਾਦਾਂ ਵੀ ਸਾਡੀਆਂ ਜੁੜੀਆਂ ਹੋਈਆਂ ਇੱਥੇ। ਅਤੇ ਇੱਥੇ ਅਲੱਗ ਅਲੱਗ ਮਤਲਬ ਕਿ ਜਿਹੜੇ ਸਥਾਨ ਬਣੇ ਹੋਏ, ਜਿਵੇਂ ਅੱਜ ਮੈਂ ਤੁਹਾਨੂੰ ਦਿਖਾਉਣਾ ਇੱਧਰ, ਅਤੇ ਦੋ ਮਤਲਬ ਕਿ ਪਹਿਲਾਂ ਮਤਲਬ ਕਿ ਜਾਂਦਿਆਂ ਨੂੰ ਸਥਾਨ ਬਣੇ ਹੋਏ ਆ। ਇੱਕ ਹੈਗਾ ਇਹ ਬੁੱਧਦਾਸ ਜੀ, ਬਾਬਾ ਬੁੱਧਦਾਸ ਜੀ, ਅਤੇ ਇੱਕ ਬਾਬਾ ਬਲਦੇਵ ਦਾਸ ਜੀ ਦਾ ਹੈ ਜੀ, ਠੀਕ ਹੈ ਜੀ। ਅਤੇ ਜਿਨ੍ਹਾਂ ਨੇ ਆ ਕੇ ਇਸ ਸਥਾਨ ਨੂੰ ਮਤਲਬ ਕਿ ਸਟਾਰਟ ਕੀਤਾ ਸੀਗਾ। ਅਤੇ ਇਹਨਾਂ ਦੀ ਮਤਲਬ ਕਿ ਜਿਹੜੀ ਇੱਕ ਪੁਰਾਣੀ ਮਤਲਬ ਕਿ ਜੁੜਦੀ ਹੈ ਉਹ ਕਿਸੇ ਨਾ ਬਾਬਾ ਸੋਤਲ ਦੇ ਨਾਲ ਜੁੜਦੀ ਹੈ ਕਿਤੇ ਜਾ ਕੇ ਇਹ। ਉੱਥੇ ਇੱਕ ਟੋਭਾ ਹੈ ਬਾਬਾ ਸੋਤਲ ਦਾ, ਇੱਕ ਸਰੋਵਰ ਕਹਿ ਲਓ ਚਾਹੇ ਟੋਭਾ ਕਹਿ ਲਓ, ਅਤੇ ਉੱਥੇ ਦੀ ਹੈ। ਅਤੇ ਇਹ ਜਿਹੜੀ ਸਾਰੀ ਮੱਤ ਹੈ ਉਦਾਸ ਸਿੰਘ ਮੱਤ ਦੇ ਉਹਦੇ ਵਿੱਚ ਅੰਡਰ ਦੇ ਵਿੱਚ ਆਉਂਦਾ ਹੈ, ਜਿਹੜੇ ਬਾਬਾ ਸ਼੍ਰੀ ਚੰਦ ਜੀ ਗੁਰੂ ਨਾਨਕ ਦੇਵ ਮਹਾਰਾਜ ਦੇ ਜਿਹੜੇ ਵੱਡੇ ਸਪੁੱਤਰ ਸੀਗੇ ਬਾਬਾ ਸ਼੍ਰੀ ਚੰਦ ਜੀ, ਉਹਨਾਂ ਦੇ ਨਾਲ ਮਤਲਬ ਕਿ ਉਹ ਹੈ ਜਗ੍ਹਾ, ਮਤਲਬ ਕਿ ਸੰਬੰਧ ਹੈ ਇੱਥੇ ਦਾ। ਅਤੇ ਬਹੁਤ ਸੋਹਣੀ ਮਤਲਬ ਕਿ ਜਗ੍ਹਾ ਹੈ, ਵਾਤਾਵਰਨ ਵੀ ਬਹੁਤ ਵਧੀਆ ਹੈ, ਕਿਉਂਕਿ ਪਿੰਡ ਤੋਂ ਬਿਲਕੁਲ ਬਾਹਰਲੀ ਸਾਈਡ ਹੈ। ਅਤੇ ਹੁਣ ਤਾਂ ਇੱਥੇ ਨਵੀਆਂ ਕਾਫੀ ਕੰਸਟਰਕਸ਼ਨਸ ਹੋ ਗਈਆਂ, ਪਰ ਕੁਛ ਕੁ ਮਤਲਬ ਕਿ ਪੁਰਾਣੀਆਂ ਵੀ ਹੈਗੀਆਂ, ਜਿਵੇਂ ਸਾਡੇ ਵੇਲੇ ਦੀਆਂ ਆਹ ਹੈਗੀਆਂ, ਅਸੀਂ ਦੇਖਦੇ ਹੁੰਦੇ ਸੀਗੇ, ਇਹ ਵੀ ਹੁੰਦਾ ਸੀਗਾ ਉਰੇ, ਅਸੀਂ ਉੱਪਰ ਸੋਇਆ ਕਰਦੇ ਸੀਗੇ ਜੇ ਕਿਤੇ ਉਰੇ ਪ੍ਰੋਗਰਾਮ ਹੁੰਦਾ ਸੀਗਾ। ਅਤੇ ਇੱਥੇ ਇਹਦੇ ਵਿੱਚ ਥੋੜ੍ਹੀ ਜਿਹੀ ਮਤਲਬ ਕਿ ਉਹ ਹੋਈ ਹੈ, ਨਵੀਨੀਕਰਨ ਦਿੱਤਾ ਬਸ, ਬਾਕੀ ਤਾਂ ਲਗਭਗ ਸੇਮ ਹੀ ਆ। ਅਤੇ ਪਹਿਲਾਂ ਥੋੜ੍ਹਾ ਜਿਹਾ ਨੀਵਾਂ ਹੁੰਦਾ ਸੀਗਾ, ਹੁਣ ਇਹਨਾਂ ਨੇ ਮਤਲਬ ਕਿ ਉੱਚਾ ਕਰਕੇ ਉਹ ਲੈਂਟਰ ਪਾ ਤਾ ਹੈ। ਅਤੇ ਇਹ ਵਾਲਾ ਜਿਹੜਾ ਉਹ ਮਤਲਬ ਕਿ ਕਮਰਾ ਸੀਗਾ, ਇੱਥੇ ਬਾਬਾ ਮੇਵਾਦਾਸ ਜੀ ਰਹਿੰਦੇ ਹੁੰਦੇ ਸੀਗੇ, ਬਹਿੰਦੇ ਹੁੰਦੇ ਸੀਗੇ। ਅਤੇ ਖੂਹ ਹੈਗਾ ਇੱਥੇ ਇੱਕ ਪੁਰਾਣਾ ਇਹਦੇ ਵਿੱਚ, ਹੁਣ ਤਾਂ ਚਲੋ ਇਹਨਾਂ ਨੇ ਬੰਦ ਕਰਕੇ ਉਹਨੂੰ ਉਹ ਕਰਤਾ ਚੰਗੀ ਤਰ੍ਹਾਂ, ਪਰ ਇਹ ਪਹਿਲਾਂ ਮਤਲਬ ਕਿ ਓਪਨ ਹੁੰਦਾ ਸੀਗਾ। ਪਰ ਅਸੀਂ ਤਾਂ ਜਦੋਂ ਤੱਕ ਦੇਖਦੇ ਹਾਂ ਸਾਨੂੰ ਇਸ ਪਹਿਲਾਂ ਇਹਦੇ ਉੱਪਰ ਤਖਤੇ 'ਚ ਰੱਖੇ ਹੋਏ ਹੁੰਦੇ ਸੀਗੇ, ਲੱਕੜ ਦੇ ਬਣਾਏ ਹੋਏ ਹੁੰਦੇ ਸੀਗੇ। ਅਤੇ ਬਹੁਤ ਕਹਿ ਲਓ ਵੀ ਸਾਡੀਆਂ ਪੁਰਾਣੀਆਂ ਯਾਦਾਂ ਇੱਥੇ ਦੀਆਂ ਜੁੜੀਆਂ ਹੋਈਆਂ। ਅਤੇ ਬਹੁਤ ਸੋਹਣਾ ਮਤਲਬ ਕਿ ਬਹੁਤ ਸੋਹਣਾ ਬਚਪਨ ਸਾਡਾ ਇੱਥੇ ਦਾ ਬੀਤਿਆ ਹੋਇਆ, ਕਿਉਂਕਿ ਸਾਡਾ ਪੁਰਾਣਾ ਪਿੰਡ ਸੀਗਾ, ਅਸੀਂ ਆਉਣਾ ਮਤਲਬ ਕਿ ਘੱਟ ਹੁੰਦਾ ਸੀਗਾ, ਪਰ ਮੰਨ ਲਓ ਵੀ 6 ਮਹੀਨੇ ਬਾਅਦ ਮਹੀਨੇ ਬਾਅਦ 2 ਮਹੀਨੇ ਬਾਅਦ ਇੱਦਾਂ ਆਉਂਦੇ ਹੁੰਦੇ ਸੀਗੇ। ਅਤੇ ਇੱਧਰਲੇ ਪਾਸੇ ਨੂੰ ਬਹੁਤ ਵਧੀਆ ਜਿਹੜਾ ਹੋਇਆ, ਬਾਬਿਆਂ ਨੇ ਬੂਟੇ ਬਾਟੇ ਲਾ ਕੇ ਐਨ ਵਧੀਆ ਮਤਲਬ ਕਿ ਮਾਹੌਲ ਬਣਾਇਆ ਹੋਇਆ ਇੱਧਰਲੇ ਪਾਸੇ ਨੂੰ। ਇਹ ਇਹਦੇ ਅੱਗੇ ਜਾ ਕੇ ਨਦੀ ਹੈ, ਇਹਦੇ ਬਿਲਕੁਲ ਨਦੀ ਦਾ ਰਕਬਾ ਜਿਹੜਾ ਪੈਂਦਾ ਹੈ। ਅਤੇ ਮੇਨ ਮਤਲਬ ਕਿ ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਵੀ ਹੋਇਆ ਵੈ। ਅਤੇ ਚਲੋ ਹੁਣ ਆਪਾਂ ਅੰਦਰ ਤੁਹਾਨੂੰ ਐਂਟਰ ਕਰਾਉਂਦੇ ਹਾਂ, ਦਿਖਾਉਂਦੇ ਹਾਂ ਇੱਥੇ, ਠੀਕ ਹੈ ਜੀ। ਅਤੇ ਬਾਕੀ ਲੋਹ ਲੰਗਰ ਵੀ ਇੱਥੇ ਜਿਹੜਾ ਹੈਗਾ ਚੱਲਦਾ ਹੀ ਰਹਿੰਦਾ ਹੈ, ਇੱਧਰਲੇ ਪਾਸੇ ਗੁਰੂ ਦਾ ਲੰਗਰ ਜਿਹੜਾ ਬਣਿਆ ਹੋਇਆ। ਅਤੇ ਇੱਧਰ ਸਾਹਮਣੇ ਆ ਧੂਣਾ ਹੈ, ਧੂਣੇ ਦੇ ਨਾਲ ਇੱਕ ਹੋਰ ਮਤਲਬ ਕਿ ਸਥਾਨ ਬਣਿਆ ਹੋਇਆ। ਅਤੇ ਚਲੋ ਸਭ ਤੋਂ ਪਹਿਲਾਂ ਆਪਾਂ ਇੱਥੇ ਚੱਲਦੇ ਹਾਂ। ਤਾਂ ਇੱਥੇ ਵੀ ਜਿਵੇਂ ਪੁਰਾਣੇ ਮਤਲਬ ਕਿ ਮੱਤ ਦੇ ਵਿੱਚ ਹੁੰਦਾ ਸੀਗਾ ਘੰਟੀਆਂ ਹੁੰਦੀਆਂ ਸੀ, ਟੱਲੀਆਂ ਹੁੰਦੀਆਂ ਸੀਗੀਆਂ, ਉਹ ਇੱਥੇ ਵੀ ਲਾਈ ਹੋਈ ਹੈ। ਅਤੇ ਹੁਣ ਪਹਿਲਾਂ ਆਪਾਂ ਇੱਥੇ ਕਰ ਲਈਏ ਜੀ ਹੱਥ ਸੁੱਚੇ ਆਪਣੇ, ਕਿਉਂਕਿ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ ਬਕਾਇਦਾ।
ਅਤੇ ਚੱਲਦੇ ਹਾਂ ਜੀ ਅੱਗੇ ਅੰਦਰ ਆਪਾਂ। ਅਤੇ ਇੱਧਰ ਬਣਾਇਆ ਹੋਇਆ ਜੀ ਚਰਨ ਕੁੰਡ, ਇੱਥੇ ਆਪਾਂ ਆਪਣੇ ਹੱਥ ਪੈਰ ਵੀ ਮਤਲਬ ਕਿ ਸੱਜੇ ਕਰ ਲਈਏ, ਬਾਹਰੋਂ ਕੋਈ ਮਿੱਟੀ ਘੱਟਾ ਆਪਾਂ ਅੰਦਰ ਨਾ ਲੈ ਕੇ ਜਾਈਏ, ਤਾਂ ਕਿ ਮਹਾਰਾਜ ਦੀ ਅਦਬ ਦੇ ਵਿੱਚ ਕੋਈ ਹੋਵੇ ਖਲਲ ਪਵੇ। ਅਤੇ ਬਾਕੀ ਇੱਧਰਲੇ ਪਾਸੇ ਸਾਰਾ ਇਹਦੇ 'ਚ ਲਿਖਿਆ ਹੋਇਆ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਅਤੇ ਓਂਕਾਰ ਸਥਾਨ ਸ਼੍ਰੀ ਬਾਬਾ ਬਾਬਾ ਸ਼੍ਰੀ ਸਿੰਘ ਸ਼੍ਰੀ ਚੰਦ ਜੀ ਮੁਗਲ ਮਾਜਰੀ ਪਿੰਡ, ਅਤੇ ਬਾਬਾ ਗਾਜੀ ਦਾਸ ਜੀ, ਬਾਬਾ ਬੁੱਧ ਦਾਸ ਜੀ ਆਏ ਜੂਨ 1955 ਦੇ ਵਿੱਚ, ਪਰ ਲੋਕ ਸੁਧਾਰੇ ਆ 25 ਅਕਤੂਬਰ 1962 ਦੇ ਵਿੱਚ। ਤਕਰੀਬਨ ਇੱਥੇ ਕਹਿ ਲਓ ਜੀ ਆਪਾਂ ਇਹ 7 ਕੁ ਸਾਲ ਦਾ ਮਤਲਬ ਜਿਹੜਾ ਹੈ ਇਹਨਾਂ ਨੇ ਅਵਧੀ ਆਪਣੀ ਜ਼ਿੰਦਗੀ ਦੀ ਇੱਥੇ ਬਤੀਤ ਕਰੀ ਆ। ਅਤੇ ਉਸ ਤੋਂ ਬਾਅਦ ਹੈਗਾ ਜਿਹੜੇ ਗੁਰਗੱਦੀ ਜਿਹੜੀ ਹੈ 1962 ਦੇ ਵਿੱਚ ਬਾਬਾ ਬਲਦੇਵ ਦਾਸ ਜੀ ਨੂੰ ਮਿਲ ਗਈ ਸੀਗੀ ਜੀ। ਅਤੇ ਮੇਵਾ ਦਾਸ ਜੀ 31 ਜੁਲਾਈ 2018 ਦੇ ਵਿੱਚ ਹੋ ਗਏ ਸੀਗੇ। ਅਤੇ ਇਹ ਬਾਬਾ ਸ਼੍ਰੀ ਚੰਦ ਜੀ ਦੀ ਫੋਟੋ ਲੱਗੀ ਹੋਈ ਹੈ ਇੱਕ ਇੱਥੇ। ਅਤੇ ਚੱਲਦੇ ਜੀ ਅੰਦਰ ਵਾਹ ਜੀ ਵਾਹ। ਅਤੇ ਇਹ ਅੰਦਰ ਦਾ ਕੁਛ ਫੋਟੋ ਹੈ ਜੀ, ਸਾਹਮਣੇ ਕੁਛ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ ਹੋਇਆ ਜੀ। ਅਤੇ ਸਭ ਤੋਂ ਪਹਿਲਾਂ ਇੱਥੇ ਨਕਮਸਤ ਹੋਈ ਹੈ ਜੀ ਮਹਾਰਾਜ ਕੋਲ, ਵਾਹਿਗੁਰੂ। ਅੱਛਾ ਇੱਕ ਚੀਜ਼ ਇੱਥੇ ਹੈਗੀ ਆ ਜੀ, ਪਹਿਲਾਂ ਇੱਥੇ ਆਹ ਉੱਪਰਲੀ ਜਗ੍ਹਾ ਨਾ ਹੁਣ ਪੱਖਾ ਟੰਗ ਤਾ ਜੀ, ਪੱਖੇ ਦੇ ਨਾਲ ਨਾ ਇੱਥੇ ਹੁੰਦਾ ਸੀਗਾ ਘਾਂਟੀ ਲਾਈ ਹੁੰਦੀ ਸੀਗੀ ਜਿਵੇਂ ਪਿੱਛੇ ਲਾਈ ਹੋਈ ਆ, ਅਤੇ ਉਸ ਤਰੀਕੇ ਦੇ ਨਾਲ। ਅਤੇ ਅਸੀਂ ਛੋਟੇ ਹੁੰਦੇ ਤੋਂ ਦੇਖਦੇ ਹਾਂ ਬਾਬਾ ਸ਼੍ਰੀ ਚੰਦ ਜੀ ਦੀ ਮਤਲਬ ਕਿ ਮੂਰਤੀ ਇੱਦਾਂ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਿਲਕੁਲ ਪਿਛਲੇ ਪਾਸੇ, ਅਤੇ ਇਹ ਖੱਬੇ ਪਾਸੇ ਮਤਲਬ ਕਿ ਇਹਨਾਂ ਨੇ ਸਥਾਪਿਤ ਕੀਤੀ ਹੋਈ ਆ, ਇਹ ਕਾਫੀ ਪੁਰਾਣੇ ਸਮੇਂ ਤੋਂ ਹੀ ਆ। ਅਤੇ ਚਲੋ ਹੁਣ ਆਪਾਂ ਇੱਧਰਲੇ ਪਾਸੇ ਚੱਲਦੇ ਹਾਂ ਜੀ। ਅਤੇ ਇੱਕ ਚੀਜ਼ ਸੀਗੀ ਇੱਥੇ ਹੁਣ ਜਿਹੜੀ ਚੀਜ਼ ਮੈਂ ਹੁਣ ਜਿੱਦਾਂ ਜਿੱਦਾਂ ਮਤਲਬ ਕਿ ਮੇਰੇ ਦਿਮਾਗ ਦੇ ਵਿੱਚ ਰੀਕਾਲ ਹੋ ਰਿਹਾ ਉਸ ਤਰੀਕੇ ਨਾਲ ਤੁਹਾਨੂੰ ਦੱਸਦਾ, ਇੱਥੇ ਇੱਕ ਕਹਿ ਲਓ ਪਾਲਕੀ ਰੱਖੀ ਹੁੰਦੀ ਸੀਗੀ ਜਾਂ ਸੁੱਖ ਆਸਣ ਦਾ ਮਤਲਬ ਕਿ ਜਗ੍ਹਾ ਇੱਥੇ ਬਣਾਈ ਹੁੰਦੀ ਸੀ ਇਹ ਖੂੰਜੇ ਦੇ ਵਿੱਚ, ਪਰ ਹੁਣ ਇੱਥੇ ਹੈ ਨਹੀਂ। ਅਤੇ ਆਪਾਂ ਥੱਲੇ ਚੱਲਦੇ ਹਾਂ ਜੀ, ਅਤੇ ਇੱਧਰਲੇ ਪਾਸੇ ਤੋਂ ਇੱਕ ਅੰਦਰਲੇ ਪਾਸੇ ਕਮਰੇ ਦੇ ਅੰਦਰ ਇੱਕ ਕਮਰਾ ਛੋਟਾ ਦਰਬਾਰ ਸਾਹਿਬ ਵਾਸਤੇ ਬਣਾਇਆ ਹੋਇਆ ਹੈ। ਅਤੇ ਇੱਥੇ ਥੋੜ੍ਹਾ ਜਿਹਾ ਹਨੇਰਾ ਹੈ, ਅਤੇ ਫਿਰ ਵੀ ਮੈਂ ਤੁਹਾਨੂੰ ਮਤਲਬ ਕਿ ਦਿਖਾਉਣ ਦੀ ਕੋਸ਼ਿਸ਼ ਕਰੂੰਗਾ। ਅਤੇ ਇਹ ਹੈਗਾ ਹੁਣ ਭੋਰਾ ਸਾਹਿਬ ਹੈ, ਇੱਥੇ ਮਤਲਬ ਕਿ ਭੋਰੇ ਬਣੇ ਹੋਏ ਆ, 2-3 ਭੋਰੇ ਆ। ਅਤੇ ਪਰ ਜਿਹੜੀ ਜਾਣ ਦੀ ਇਜਾਜ਼ਤ ਇੱਕ ਦੇ ਵਿੱਚ ਹੈ, ਕਿਉਂਕਿ 1-2 ਤਾਂ ਖੰਡ 'ਤੇ ਹੋ ਗਏ ਲਗਭਗ। ਲਓ ਜੀ ਇਹ ਹੈਗੇ ਜਿਹੜੇ ਭੋਰਾ ਸਾਹਿਬ, ਇੱਥੇ ਆ ਕੇ ਆਵਾਜ਼ ਵੀ ਜਿਹੜੀ ਸਾਡੀ ਬਦਲ ਜਾਂਦੀ ਆ, ਗੂੰਜਣੀ ਸ਼ੁਰੂ ਹੋ ਜਾਂਦੀ ਆ ਜੀ। ਤਾਂ ਇੱਥੇ ਫੋਟੋਆਂ ਲੱਗੀਆਂ ਹੋਈਆਂ ਜੀ ਪੁਰਾਤਨ, ਜਿੱਥੇ ਤੋਂ ਆਪਾਂ ਥੋੜ੍ਹਾ ਜਿਹਾ ਮਤਲਬ ਕਿ ਹਿਸਟਰੀ ਬਾਰੇ ਵੀ ਪਤਾ ਲੱਗਦਾ ਹੈ। ਜਿਵੇਂ ਬਾਬਾ ਬੁੱਢਾ ਜੀ ਸੀਗੇ, ਉਹਨਾਂ ਦੀ ਅੰਤਿਮ ਮਤਲਬ ਕਿ ਸੰਸਕਾਰ ਦੇ ਵਿੱਚ ਬਾਬਾ ਸ਼੍ਰੀ ਚੰਦ ਜੀ ਵੀ ਆਏ ਸੀਗੇ, ਜਦੋਂ ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ ਨੇ ਉਹਨਾਂ ਦਾ ਆਪਣਾ ਉਹ ਕੀਤਾ ਸੀਗਾ, ਸੰਸਕਾਰ ਕੀਤਾ ਸੀਗਾ। ਅਤੇ ਉਦੋਂ ਮਤਲਬ ਕਿ ਉਦੋਂ ਦੀ ਇਹ ਤਸਵੀਰ ਹੈ ਇਹ, ਠੀਕ ਹੈ ਜੀ। ਬਾਬਾ ਫਰੀਦ ਜੀ ਦੀ ਹੈਗੀ ਹੈ ਜੀ, ਅਤੇ ਬਾਬਾ ਸ਼੍ਰੀ ਚੰਦ ਜੀ ਦੀ ਹੈ, ਅਤੇ ਹੋਰ ਮਤਲਬ ਕਿ ਕਾਫੀ ਉਹ ਹੈ। ਅਤੇ ਇੱਕ ਇੱਥੇ ਨਾਲੇ ਇਹ ਮਤਲਬ ਕਿ ਸਮਾਧ ਬਣੀ ਹੋਈ ਹੈ ਜੀ, ਇਹ ਮੰਨਿਆ ਤਾਂ ਬਾਬਾ ਗਾਜੀ ਦਾਸ ਜੀ ਦੀ ਬਣਾਈ ਹੋਈ ਹੈ ਜੀ ਸਮਾਧ ਇਹ। ਅਤੇ ਇੱਧਰਲੇ ਪਾਸੇ ਵੀ, ਅਤੇ ਇੱਥੇ ਜੋਤ ਜਿਹੜੀ ਹੈਗੀ ਹੈ ਇਹ ਚੱਲਦੀ ਰਹਿੰਦੀ ਹੈ ਲਗਭਗ, ਠੀਕ ਹੈ ਜੀ। ਅਤੇ ਇੱਥੇ ਹੁਣ ਆਪਾਂ ਅੱਗੇ ਲਓ ਜੀ, ਹੁਣ ਇੱਥੇ ਤਾਂ ਆਪਾਂ ਚਾਲੇ ਪਾਈਏ ਬਾਹਰ ਨੂੰ। ਅਤੇ ਚਾਲੇ ਪਾਉਂਦੇ ਪਾਉਂਦੇ ਇੱਕ ਹੋਰ ਥੋੜ੍ਹਾ ਜਿਹਾ ਮੈਨੂੰ ਮਤਲਬ ਕਿ ਇੱਥੇ ਇੱਕ ਫੋਟੋ ਦੇਖ ਗਈ ਸੀਗੀ ਪੁਰਾਣੀ, ਮੈਂ ਕਿਹਾ ਚਲੋ ਵੀ ਤੁਹਾਨੂੰ ਦਿਖਾ ਦਈਏ ਇੱਕ। ਅਤੇ ਇੱਕ ਇਹ ਹੈਗੀ ਹੈ ਕਿ ਬਾਬਾ ਬੁੱਢਣ ਸ਼ਾਹ ਦੇ ਨਾਲ ਜਿਹੜੀ ਇੱਕ ਸਟੋਰੀ ਆਪਾਂ ਸੁਣਦੇ ਹਾਂ,
ਉਹਦੀ ਵੀ ਇੱਕ ਥੋੜ੍ਹੀ ਜਿਹੀ ਮਤਲਬ ਕਿ ਫੋਟੋਆਂ ਦੇ ਰੂਪ ਦੇ ਵਿੱਚ ਉਹ ਕਰੀ ਹੋਈ ਹੈ। ਬਾਬਾ ਗੁਰਦਿੱਤਾ ਜੀ, ਬਾਬਾ ਬੁੱਢਣ ਸ਼ਾਹ ਜੀ ਅਤੇ ਗੁਰੂ ਨਾਨਕ ਮਹਾਰਾਜ ਜੀ ਅਤੇ ਬਾਬਾ ਬੁੱਢਣ ਸ਼ਾਹ ਜੀ ਜਦੋਂ ਦੁੱਧ ਲੈ ਕੇ ਆਏ ਸੀਗੇ ਉਹਦੇ ਬਾਰੇ ਸਾਰਾ ਹੀ ਉਹ ਹੈ ਵਰਤਾਂਤ ਜਿਹੜਾ ਲਿਖਿਆ ਹੋਇਆ ਇੱਥੇ। ਅਤੇ ਇਹ ਸੰਤਾਂ ਦੀ ਇੱਕ ਫੋਟੋ ਹੋਰ ਹੈ ਇੱਥੇ। ਇੱਥੇ ਹੁਣ ਅਸਲ 'ਚ ਹਨੇਰਾ ਕਾਫੀ ਜ਼ਿਆਦਾ, ਉਹਦੇ ਕਰਕੇ ਨਾ ਇਹ ਚੀਜ਼ਾਂ ਦੇਖ ਨਹੀਂ ਰਹੀਆਂ ਹੈਗੀਆਂ ਸਵਾਰ ਕੇ। ਅਤੇ ਚਲੋ ਹੁਣ ਇੱਥੇ ਤਾਂ ਆਪਾਂ ਬਾਹਰ ਚੱਲਦੇ ਹਾਂ ਜੀ, ਅਤੇ ਅੱਗੇ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ। ਅਸੀਂ ਜਦੋਂ ਛੋਟੇ ਹੁੰਦੇ ਸੀ ਨਾ, ਅਸੀਂ ਆਉਂਦੇ ਸਾਨੂੰ ਬਹੁਤ ਚਾਅ ਹੁੰਦਾ ਸੀਗਾ ਇੱਥੇ ਨੂੰ ਆਉਣ ਨੂੰ, ਅੰਦਰ ਆਉਣ ਦਾ, ਵੀ ਇੱਥੇ ਆ ਕੇ ਅਸੀਂ ਅੰਦਰ ਬੈਠੀਏ 10 ਮਿੰਟ ਵੇ ਗੁਰਦੁਆਰਾ ਸਾਹਿਬ ਦੇ ਵਿੱਚ। ਪਰ ਅਸੀਂ ਇੱਕ ਚੀਜ਼ ਤੋਂ ਰਾਜ ਜਾਂਦੇ ਸੀਗੇ, ਆਹ ਦਰਵਾਜ਼ੇ ਤੋਂ ਵੀ ਜੇ ਕਿਤੇ ਦਰਵਾਜ਼ਾ ਹੈ ਲੱਗ ਗਿਆ ਵੀ ਅਸੀਂ ਖੋਲੂਗੇ ਕਿਵੇਂ ਉੱਪਰੋਂ, ਹੈ ਨਾ ਜੀ। ਅਤੇ ਚਲੋ ਹੁਣ ਆਪਾਂ ਅੰਦਰ ਚੱਲਦੇ ਹਾਂ ਜੀ ਬਾਹਰ। ਲਓ ਜੀ ਆਪਣੀ ਪਰਿਕਰਮਾ ਵੀ ਨਾਲ ਦੀ ਨਾਲ ਪੂਰੀ ਹੋ ਗਈ ਜੀ ਇਹਦੇ ਵਿੱਚ, ਅਤੇ ਨਾਲ ਦੀ ਨਾਲ ਜਿਹੜਾ ਆਪਾਂ ਅੰਦਰ ਭੋਲੇ ਦੇਵੀ ਦਰਸ਼ਨ ਕਰ ਲਏ ਜੀ। ਅਤੇ ਚਲੋ ਚੱਲਦੇ ਹਾਂ ਜੀ ਬਾਹਰ ਆਪਾਂ ਜੀ। ਬਾਕੀ ਲਓ ਜੀ ਆਪਾਂ ਪਹਿਲਾਂ ਮਤਲਬ ਕਿ ਘੰਟੀ ਜਿਹੜੀ ਵਜਾਉਣੀ ਆ ਆਪਾਂ ਭੁੱਲ ਗਏ ਸੀਗੇ, ਅਤੇ ਹੁਣ ਇੱਕ ਵਾਰੀ ਵਜਾ ਦਿੰਦੇ ਹਾਂ। ਅਤੇ ਇੱਕ ਇਹ ਮਤਲਬ ਕਿ ਬਹੁਤ ਪੁਰਾਣਾ ਇਹ ਬਰੋਟਾ ਟਾਈਪ ਹੈ, ਪਿੱਪਲ ਨਹੀਂ ਹੈਗਾ ਇਹ, ਬਰੋਟਾ ਹੈ ਕਿਉਂਕਿ ਇਹਦੇ ਪੱਤਿਆਂ ਦਾ ਮਤਲਬ ਕਿ ਫਰਕ ਹੈ। ਅਤੇ ਇਹ ਇਹਦੇ ਵਿੱਚ ਮਤਲਬ ਕਿ ਪਿੱਪਲ ਵੀ ਕਈ ਕਈ ਜਗ੍ਹਾ ਇਹਦੇ ਵਿੱਚ ਉੱਗੇ ਹੋਏ ਜ਼ਰੂਰ ਹੈਗੇ ਆ, ਬਰੋਟਾ ਵੀ ਹੈ ਪਿੱਪਲ ਵੀ ਹੈ ਜਿਹਨੂੰ ਆਪਾਂ ਤਰਵੈਣੀ ਕਹਿ ਦਿੰਦੇ ਸੀਗੇ ਪਹਿਲਾਂ, ਉੱਦਾਂ ਦੀ ਮਤਲਬ ਕਿ ਇਹ ਦਰਖਤ ਹੈ ਕਾਫੀ, ਇਹਦਾ ਮਤਲਬ ਕਿ ਬਾਇਆ ਕਾਫੀ ਵੱਡਾ ਹੈ, ਕਾਫੀ ਚੌੜਾ ਹੈ ਦੇਖ ਸਕਦੇ ਹਾਂ, ਇਹਦੇ ਆਲੇ ਦੁਆਲੇ ਮਤਲਬ ਕਿ ਕਰਕੇ ਨਾ ਚੰਗੀ ਤਰ੍ਹਾਂ ਪੱਕਾ ਤਾਂ ਇਹਨੂੰ ਉਹ ਕੀਤਾ ਹੋਇਆ ਹੈ। ਅਤੇ ਆ ਦੇਖੋ ਇਹਦੇ 'ਚ ਪਿੱਪਲ ਦੇ, ਆਹ ਵੀ ਪਿੱਪਲ ਹੈ ਅਤੇ ਪਰਲੇ ਪਾਸੇ ਬਰੋਟਾ ਹੈ। ਅਤੇ ਇਹ ਹੈਗਾ ਜਿੱਥੇ ਵੀ ਤੁਸੀਂ ਦੇਖੋਗੇ ਨਾ ਬਾਬਾ ਸ਼੍ਰੀ ਚੰਦ ਜੀ ਦਾ, ਉੱਥੇ ਧੂਣਾ ਜ਼ਰੂਰ ਚੱਲਦਾ ਹੁੰਦਾ ਹੈ। ਤਾਂ ਉੱਥੇ ਇਹ ਵੀ ਉਰੇ ਵੀ ਮਤਲਬ ਕਿ ਹੈਗਾ ਹੈ, ਉਹਦੇ 'ਚ ਤਰਸ਼ੂਲ ਲੱਗੇ ਹੋਏ ਆ, ਚਿਮਟੇ ਲੱਗੇ ਹੋਏ ਆ, ਅਤੇ ਨਾਲ ਦੀ ਨਾਲ ਆਹ ਇੱਕ ਧੂ ਆਪਣਾ ਧੂਫ ਕਰਨ ਵਾਸਤੇ ਉਹ ਵੀ ਰੱਖਿਆ ਹੋਇਆ ਜੀ, ਹੁਣ ਇਹਦੇ ਬਾਰੇ ਮੈਨੂੰ ਪਤਾ ਨਹੀਂ ਵੀ ਇਹਦਾ ਨਾਮ ਕਿਆ ਹੈ। ਅਤੇ ਇੱਕ ਇੱਧਰ ਨਾਲ ਜਿਹੜਾ ਇੱਕ ਉਹ ਬਣਿਆ ਹੋਇਆ ਕਮਰਾ, ਅਤੇ ਇੱਥੇ ਦੇ ਦਰਸ਼ਨ ਤੁਹਾਨੂੰ ਕਰਾਉਣਾ ਜੀ ਮੈਂ। ਅਤੇ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਜਿਹੜੇ ਸੰਤ ਸਾਧੂ ਬੈਠੇ ਹੁੰਦੇ ਸੀਗੇ ਇੱਥੇ ਆ ਕੇ, ਤਾਂ ਇੱਥੇ ਵੀ ਬਕਾਇਦਾ ਧੋਣਾ ਜਿਹੜਾ ਹੈ ਚੱਲ ਰਿਹਾ ਹੈ ਜੀ। ਅਤੇ ਇੱਥੇ ਜਿਹੜੀਆਂ ਫੋਟੋਆਂ ਲੱਗੀਆਂ ਹੋਈਆਂ ਇਹਨਾਂ ਬਾਰੇ ਦੱਸਦਾ ਜੀ। ਇਹ ਹੈਗੇ ਬਾਬਾ ਬਲਦੇਵ ਦਾਸ ਜੀ ਦੀ ਫੋਟੋ ਸਭ ਤੋਂ ਪਹਿਲਾਂ, ਉਸ ਤੋਂ ਬਾਅਦ ਬਾਬਾ ਬੁੱਧ ਦਾਸ ਜੀ ਦੀ ਹੈ ਜੀ, ਅਤੇ ਹੋਰ ਵੀ ਕਾਫੀ ਸਾਰੀਆਂ ਫੋਟੋਆਂ ਲੱਗੀਆਂ ਹੋਈਆਂ ਹੈ ਜੀ। ਠੀਕ ਹੈ ਜੀ, ਕਾਫੀ ਵਧੀਆ ਹੈ। ਇੱਥੇ ਜਦੋਂ ਕੋਈ ਸੰਤ ਬੈਠੇ ਹੁੰਦੇ ਆ ਉੱਧਰਲੇ ਪਾਸੇ, ਤਾਂ ਉਹ ਜਦੋਂ ਸੰਗਤਾਂ ਆਉਣੀਆਂ ਹੈ ਤਾਂ ਉਹਨਾਂ ਨੂੰ ਪ੍ਰਸ਼ਾਦ ਵਗੈਰਾ ਦਿੰਦੇ ਰਹਿੰਦੇ ਆ। ਠੀਕ ਹੈ ਜੀ, ਇਹਦੇ ਬਿਲਕੁਲ ਨਾਲ ਹੀ ਇੱਧਰਲੇ ਪਾਸੇ ਸੱਜੇ ਹੱਥ ਜਿਹੜਾ ਲੰਗਰ ਹਾਰ ਬਣਿਆ ਹੋਇਆ, ਇਹ ਸਾਡੇ ਹੁੰਦੇ ਹੁੰਦੇ ਬਣਿਆ ਸੀ ਦੇਖਿਆ ਹੋਇਆ, ਅਤੇ ਆਹ ਹੁਣ ਬਣ ਰਿਹਾ। ਅਤੇ ਪਰ ਇਹਦੇ ਬੈਕ ਸਾਈਡ ਥੱਲੇ ਨੂੰ ਜਾ ਕੇ ਨਾ, ਜੇ ਮਤਲਬ ਕਿ ਹੋਇਆ ਹੁਣ ਵੀ ਇੱਕ ਕੱਚਾ ਉਹ ਬਣਾਇਆ ਹੋਈ ਸੀ ਕੁਟੀਆ ਟਾਈਪ, ਅਤੇ ਉਹ ਵੀ ਜੇ ਹੋਇਆ ਤਾਂ ਮੈਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗਾ। ਅਤੇ ਹੁਣ ਪ੍ਰਸ਼ਾਦੇ ਦਾ ਟਾਈਮ ਹੋਇਆ, ਆਪਾਂ ਪ੍ਰਸ਼ਾਦਾ ਛਕ ਲੈਂਦੇ ਹਾਂ ਜੀ ਹੁਣ। ਉਹ ਵਾਹਿਗੁਰੂ। ਲਓ ਜੀ ਇੱਧਰਲੇ ਪਾਸੇ ਨੂੰ ਆਪਾਂ ਥੱਲੇ ਉਤਰਿਆ, ਪ੍ਰਸ਼ਾਦਾ ਛਕਿਆ ਜੀ ਆਪਾਂ ਪਹਿਲਾਂ ਉੱਧਰ ਲੰਗਰ ਹਾਲ ਦੇ ਵਿੱਚ, ਇੱਥੇ ਕੋਲੇ ਸੀਗੇ ਪ੍ਰਸ਼ਾਦਾ ਬਾਬਾ ਜੀ, ਕਹਿੰਦੇ ਪਹਿਲਾਂ ਪ੍ਰਸ਼ਾਦਾ ਛਕੋ ਬਾਕੀ ਕੰਮ ਬਾਅਦ 'ਚੋਂ। ਮੈਂ ਕਿਹਾ ਚਲੋ ਠੀਕ ਹੈ ਜੀ, ਪਹਿਲਾਂ ਪ੍ਰਸ਼ਾਦਾ ਛਕ ਲੈਂਦੇ ਹਾਂ ਜੀ। ਬਾਕੀ ਘਰ 'ਤੇ ਵੀ ਚਾਹੇ ਤੁਰ ਕੇ ਛਕੇ ਸੀ, ਮਤਲਬ ਕਿ ਛਕ ਕੇ ਤੁਰੇ ਸੀ, ਅਤੇ ਹੁਣ ਦੁਬਾਰਾ ਇੱਧਰ ਨੂੰ ਆ ਗਏ ਜੀ। ਅਤੇ ਇੱਧਰਲੇ ਪਾਸੇ ਜਿਹੜੇ ਪੁਰਾਣੇ ਕਮਰੇ ਆ ਹੁਣ ਯੂਜ਼ ਦੇ ਵਿੱਚ ਨਹੀਂ ਹੈਗੇ ਉਹ, ਅਤੇ ਇੱਧਰ ਲਿਆ ਕੇ ਇਹਨਾਂ ਨੇ ਪਹਿਲਾਂ ਵਾਸ਼ਰੂਮ ਦਾ ਕੋਈ ਖਾਸ ਪ੍ਰਬੰਧ ਨਹੀਂ ਸੀਗਾ, ਹੁਣ ਇੱਧਰਲੇ ਪਾਸੇ ਲਿਆ ਕੇ ਇਹਨਾਂ ਨੇ ਵਾਸ਼ਰੂਮ ਜਿਹੜੇ ਹੈਗੇ ਉਹ ਬਣਾਤੇ ਆ। ਅਤੇ ਇਹਦੇ ਨਾਲ ਹੀ ਬਿਲਕੁਲ ਸਾਹਮਣੇ ਇਹ ਨਦੀ ਜਿਹੜੀ ਜਾਂਦੀ ਹੈ, ਅਤੇ ਚਲੋ ਇੱਕ ਬਹੁਤ ਸੋਹਣਾ ਇੱਕ ਕੰਮ ਇੱਥੇ ਉਪਰਾਲਾ ਕੀਤਾ ਇਹਨਾਂ ਨੇ, ਪੰਛੀਆਂ ਵਾਸਤੇ ਟੱਬ ਭਰ ਕੇ ਪਾਣੀ ਤਾਂ ਰੱਖਿਆ ਹੋਇਆ ਹੈ, ਅਤੇ ਚਿੜੀਆਂ ਕਤਬੂਤਰ ਹੋਰ ਕਈ ਇਹੋ ਜਿਹੇ ਪੰਛੀ ਆਉਂਦੇ ਆ ਜਿਹੜੇ ਛੱਕ ਕੇ ਜਲ ਆਪਣਾ ਚਲੇ ਜਾਂਦੇ ਆ। ਪਰ ਇੱਥੇ ਵਿੱਚ ਨੂੰ
ਇਹ ਨਾ ਥੋੜ੍ਹਾ ਜਿਹਾ ਜ਼ਿਆਦਾ ਡੂੰਘਾ ਹੋਣ ਕਰਕੇ ਦਿਖ ਨਹੀਂ ਰਿਹਾ ਹੈਗਾ ਸਵਾਰ ਕੇ, ਕਿਉਂਕਿ ਜੰਗਲ ਕਾਫੀ ਘਣਾ ਜਾਏ ਅਤੇ ਕਾਫੀ ਸੋਹਣੇ ਸੋਹਣੇ ਪੰਛੀ ਇੱਥੇ ਜਿਹੜੇ ਹੈਗੇ ਆ ਬਹੁਤ ਸੋਹਣੇ ਸੋਹਣੇ, ਅਤੇ ਕੋਈ ਗਲਹਿਰੀਆਂ ਘੁੰਮ ਰਹੀਆਂ ਉਰੇ ਪੰਛੀ ਉੱਪਰ ਇੱਧਰਲੇ ਪਾਸੇ ਆ ਸਾਹਮਣੇ, ਇਹ ਪਤਾ ਨਹੀਂ ਕਿਆ ਚੀਜ਼ ਇਹਨਾਂ ਦਾ ਮੈਨੂੰ ਸਮਝ ਨਹੀਂ ਰਹੀ। ਉਹ ਸਾਹਮਣੇ ਇੱਕ ਮੋਰ ਹੋਰ ਉੱਥੇ ਘੁੰਮ ਰਿਹਾ ਹੈ ਉਹਦੇ ਵਿੱਚ ਥੱਲੇ ਜੇ ਨੂੰ, ਇੱਥੇ ਆ ਕੇ ਥੋੜ੍ਹਾ ਜਿਹਾ ਇੱਕ ਆ ਦੇਖੋ ਆਵਾਜ਼ ਮੋਰਾਂ ਦੀਆਂ ਬੋਲ ਰਹੀਆਂ, ਆਵਾਜ਼ਾਂ ਮਾਰ ਰਹੇ ਮੋਰ ਇੱਕ ਦੋਵੇਂ ਨੂੰ, ਅਤੇ ਬਹੁਤ ਸੋਹਣਾ ਜਿਹੜਾ ਮਤਲਬ ਕਿ ਕੱਲ੍ਹ ਸ਼ਾਂਤਮਈ ਜਿਹਾ ਮਾਹੌਲ ਹੈ ਇੱਥੇ, ਅਤੇ ਸਾਧੂ ਸੰਤ ਵੀ ਇਸੇ ਚੀਜ਼ ਕਰਕੇ ਸਾਈਡਾਂ 'ਤੇ ਆ ਕੇ ਬੈਠੇ ਕਰਦੇ ਵੀ ਹਾਂ ਜਿੱਥੇ ਆ ਕੇ ਪ੍ਰਕਿਰਤੀ ਤੋਂ ਇਲਾਵਾ ਕੁਦਰਤ ਤੋਂ ਇਲਾਵਾ ਜਿਹੜਾ ਕੋਈ ਹੋਰ ਆ ਤੰਗ ਨਾ ਕਰੇ, ਪਰ ਫਿਰ ਵੀ ਸਾਡੇ ਵਰਗੇ ਜਿਹੜੇ ਆ ਆ ਜਾਂਦੇ ਉਹਨਾਂ ਨੂੰ ਤੰਗ ਕਰਨ ਵਾਸਤੇ। ਹਾਂਜੀ ਬਈ ਸੋਨਿਓ ਟੇਕ ਲਿਆ ਮੱਥਾ, ਪ੍ਰਸ਼ਾਦ ਖਾਂਦਾ ਮੇਰਾ ਪੁੱਤ। ਹਾਂਜੀ ਹੋਰ ਕਿਆ ਖਾਧਾ ਏ, ਹੋਰ ਖਾਧਾ ਮੇਰੇ ਪੁੱਤ ਨੇ ਹੈਂ। ਚਲੋ ਜੀ ਫਿਰ ਹੁਣ ਆਪਾਂ ਇੱਧਰਲੇ ਪਾਸੇ ਜਿਹੜਾ ਉਹ ਸਾਹਮਣੇ ਸਮਾਧੀ ਬਣੀ ਹੋਈ ਆ, ਸਮਾਧੀ ਬਾਬਾ ਬਲਦੇਵ ਦਾਸ ਅਤੇ ਬਾਬਾ ਬੁੱਧ ਦਾਸ ਦੀ, ਉਹਦੇ ਤੁਹਾਨੂੰ ਦਰਸ਼ਨ ਕਰਾਈਏ। ਉਸ ਤੋਂ ਬਾਅਦ ਫਿਰ ਆਪਾਂ ਪੌਣੇ ਚਾਲੇ ਘਰ ਨੂੰ ਵਾਪਸੀ, ਅਤੇ ਉੱਧਰ ਥੱਲੇ ਨੂੰ ਹੁਣ ਮਤਲਬ ਕਿ ਰਸਤਾ ਜਿਹੜਾ ਹੈਗਾ ਉਨਾ ਰੱਖਿਆ ਨਹੀਂ ਹੋਇਆ, ਅਤੇ ਜੇ ਰੱਖਿਆ ਵੀ ਹੋਇਆ ਤਾਂ ਥੋੜ੍ਹਾ ਜਿਹਾ ਉੱਥੇ ਹੁਣ ਤੁਰਨਾ ਔਖਾ ਹੋ ਜਾਣਾ ਮੈਨੂੰ, ਕਿਉਂਕਿ ਮੇਰੇ ਕੀ ਹੋਇਆ ਨਾ ਕੱਲ੍ਹ ਅਸੀਂ ਸਵੇਰੇ ਮਤਲਬ ਕਿ ਇੰਜਣ ਚੱਕਣ ਗਏ ਸੀਗੇ ਉੱਥੇ ਤੋਂ ਆਪਣੇ ਖੇਤ ਵਿੱਚੋਂ, ਤਾਂ ਉੱਥੇ ਕਿਸੇ ਨੇ ਬੀਅਰ ਦੀ ਬੋਤਲ ਭੰਨ ਕੇ ਸੁੱਟੀ ਹੋਈ ਸੀਗੀ, ਉਹਦਾ ਕੱਚ ਜਿਹੜਾ ਪੈਰ ਦੇ ਵਿੱਚ ਲੱਗ ਗਿਆ, ਜਿਹਦੇ ਕਰਕੇ ਉਹ ਹੁੰਦਾ ਸੀਗਾ ਥੋੜ੍ਹਾ ਜਿਹਾ ਦਰਦ ਹੋ ਰਿਹਾ ਅਤੇ ਉੱਧਰ ਜਾ ਨਹੀਂ ਸਕਦਾ ਮੈਂ। ਅਤੇ ਇਹ ਹੈਗੇ ਜੀ ਜਿਹੜੀ ਸਮਾਧੀ ਆ, ਹੁਣ ਇੱਥੇ ਸ਼ੀਸ਼ਾ ਲਾਤਾ, ਪਹਿਲਾਂ ਸ਼ੀਸ਼ਾ ਨਹੀਂ ਸੀ ਹੁੰਦਾ। ਬਾਬਾ ਬਲਦੇਵ ਦਾਸ ਜੀ ਦੀ ਉਹ ਹੈ ਅਤੇ ਉਹਨਾਂ ਦੀ ਮੂਰਤੀ ਪਿੱਛੇ ਬਣਾਈ ਹੋਈ ਹੈ ਅਤੇ ਵਗੈਰਾ ਮੂਹਰੇ ਉਹ ਹੈ, ਬੜਾ ਉਦਾਸੀ। ਅਤੇ ਇੱਧਰਲੇ ਪਾਸੇ ਜਿਹੜੀ ਹੈਗੀ ਹੈ ਜੀ ਇਹ ਬਾਬਾ ਬੁੱਧ ਦਾਸ ਜੀ ਦੀ ਬਣੀ ਹੋਈ ਹੈ, ਅਤੇ ਇੱਧਰ ਵੀ ਉੱਦਾਂ ਹੀ ਮਤਲਬ ਕਿ ਉਹ ਬਣੀ ਹੋਈ ਹੈ ਉਹਨਾਂ ਦੀ ਸਮਾਧੀ ਅਤੇ ਪਲੱਸ ਉਹ। ਅਤੇ ਇੱਥੇ ਤੋਂ ਮੈਂ ਦੇਖ ਰਿਹਾ ਚਾਬੀ ਲੱਗੀ ਹੋਈ ਵਿੱਚ ਖੋਲ੍ਹ ਕੇ ਤੁਹਾਨੂੰ ਦਿਖਾਉਣਾ ਜੀ ਇੱਥੇ, ਅਤੇ ਇਹਨਾਂ ਦੀ ਪਿੱਛੇ ਮੂਰਤੀ ਬਣੀ ਹੋਈ ਹੈ ਅਤੇ ਨਾਲ ਦੀ ਨਾਲ ਥੱਲੇ ਸਮਾਧੀ ਬਣੀ ਹੋਈ ਹੈ। ਅਤੇ ਇੱਧਰਲੇ ਪਾਸੇ ਖੜਾਵਾਂ ਅਤੇ ਕਿਹੜਾ ਹੋ ਰੱਖਿਆ ਹੋਇਆ ਜੀ, ਇਹਨਾਂ ਉੱਥੇ ਲਾ ਦਈਏ ਜੀ ਆਪਾਂ ਦੁਬਾਰੇ ਜਿੰਦਾ, ਅਤੇ ਉੱਧਰਲੇ ਪਾਸੇ ਵੀ ਆਪਾਂ ਦਿਖਾਉਣੇ ਤੁਹਾਨੂੰ ਇੱਕ ਵਾਰੀ। ਅੱਛਾ ਸਾਰੇ ਜਿੱਥੇ ਵੀ ਤੁਸੀਂ ਇਹ ਦੇਖੋਗੇ ਨਾ ਉੱਥੇ ਆਹ ਟੱਲੀਆਂ ਜ਼ਰੂਰ ਲੱਗੀਆਂ ਹੋਈਆਂ, ਘੰਟੀਆਂ ਜਿਹਨੂੰ ਕਹਿੰਦੇ ਆ, ਇੱਧਰ ਵੀ ਜਿੰਦਾ ਵਿੱਚ ਛੱਡਿਆ ਹੋਇਆ ਜੀ ਇੱਦਾਂ ਦੀ ਮਤਲਬ ਕਿ ਦੇਖੋ ਸਾਹਮਣੇ ਇਹਨਾਂ ਦੀ ਮੂਰਤੀ ਬਣੀ ਹੋਈ ਆ, ਪਰ ਮੂਰਤੀ ਦੇ ਉੱਪਰ ਇਹਨਾਂ ਨੇ ਪੱਗ ਜਿਹੜੀ ਹੈ ਓਰਿਜਨਲ ਬੰਨੀ ਹੋਈ ਆ ਕੱਪੜੇ ਦੀ ਵਗੈਰਾ, ਅਤੇ ਇੱਧਰ ਇਹਨਾਂ ਦੀਆਂ ਵੀ ਖੜਾਵਾਂ ਦੇ ਨਾਲ ਜਿਹੜਾ ਮਤਲਬ ਕਿ ਪਾਣੀ ਵਾਸਤੇ ਜਿੰਦਾ ਕੁਝਾ ਜੋ ਵੀ ਕਹਿ ਲਓ ਲੋਕ ਰੱਖਿਆ ਹੋਇਆ। ਠੀਕ ਹੈ ਜੀ ਲਓ ਜੀ ਇਨਾਇਤ ਕੌਰ ਆ ਗਈ। ਹਾਂਜੀ ਦੱਸੋ ਕਿਆ ਕਰਨਾ ਤੁਸੀਂ ਹੈਂ, ਉਹ ਨਹੀਂ ਅੰਦਰ ਨਹੀਂ ਜਾਣਾ ਹੈਗਾ ਗੁੰਜੀ ਖੋਲੋ ਹੈਂ, ਵਾਹਿਗੁਰੂ ਕਰਨੀ ਆ ਉਹਦੀ ਤਾਂ ਕਰੋ, ਵਾਹਿਗੁਰੂ ਵਾਹਿਗੁਰੂ ਕਿੱਥੇ ਕਰਦਾ ਵਾਹਿਗੁਰੂ ਤੂੰ, ਬਾਬਾ ਜੀ ਉੱਦਾਂ ਨਾ ਸ਼ਹੀਦ ਪਾਚੇ ਨੂੰ ਵਾਹਿਗੁਰੂ ਕਰੀ ਜਾਂਦੇ ਆ, ਹਾਂ ਪਰ ਆਪਣੇ ਉੱਧਰ ਹੈ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ, ਚਲੋ ਆ ਜਾਓ। ਚਲੋ ਠੀਕ ਹੈ ਜੀ ਇਹ ਸਾਧੂ ਸੰਤ ਸੀਗੇ ਜਿਹੜੇ ਉਦਾਸੀਨ ਮਤ ਦੇ ਵਿੱਚ, ਠੀਕ ਹੈ ਜੀ ਉਹਨਾਂ ਦੀਆਂ ਉਹ ਹੈ। ਅਤੇ ਹੁਣ ਆਪਾਂ ਪਾਈਏ ਚਾਲੇ ਜੀ ਆ ਗੱਡੀ ਖੜੀ ਆਪਣੀ, ਅਤੇ ਜਿੱਥੇ ਵਗੈਰਾ ਸੱਪ ਵਿੱਚ ਖੋਲ੍ਹਤੇ ਸੀਗੇ ਸਾਰੇ। ਕਿਆ ਕਰਦਾ ਹੈ ਵਾਹਿਗੁਰੂ ਕਰਦਾ ਹੈ, ਕੱਲ੍ਹ ਵਾਹਿਗੁਰੂ ਕੱਲ੍ਹ ਹੈ।
ਵਾਹਿਗੁਰੂ। ਵਾਹਿਗੁਰੂ ਲਓ ਜੀ ਨੈਤ ਕੋਲ ਛੱਡੀ, ਵਾਹਿਗੁਰੂ ਕਰਦੀ ਆ ਬਾਈ, ਇਹ ਤਾਂ ਬਹਿ ਗਈ, ਵਾਹਿਗੁਰੂ ਕਰਦੀ ਆ ਬਾਈ, ਹਾਲੇ ਨਹੀਂ ਜਾਣਾ ਅਸੀਂ। ਕਿੰਨੀ ਦੇਰ ਕਰਨਾ ਵਾਹਿਗੁਰੂ ਮੇਰੇ ਪੁੱਤ ਨੇ? ਕੱਲ ਅੱਛਾ ਕੱਲੀ ਕੱਲੀ ਵਾਹਿਗੁਰੂ ਚੱਲੀਏ ਹੁਣ। ਅੱਛਾ ਵਾਹਿਗੁਰੂ ਫਤਿਹ ਦਾ ਬੁਲਾ ਦੋ, ਕਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਕੱਲੀ ਫਤਿਹ ਨਹੀਂ ਪੂਰਾ ਬੋਲੋ। ਚਿੜੀਆ, ਹਾਂ ਜੀ ਚਿੜੀਆ, ਚੱਲੀਏ ਹਾਂ ਉਹ ਹੀ ਨਹਿਣਾ ਹੈ ਭਾਈ। ਇਹਨੂੰ ਆਪਣੇ ਦਾਦੂ ਦੇ ਪਿੰਡ ਆ ਕੇ ਉਹਦਾ ਜੀ ਲੱਗ ਗਿਆ, ਕਹਿੰਦਾ ਮੈਂ ਨਹੀਂ ਜਾਣਾ, ਕਹਿੰਦਾ ਮੈਂ ਉਰੀ ਰਹਿਣਾ। ਹਾਂ ਜੀ ਚਲੋ ਠੀਕ ਹੈ ਜੀ, ਫਿਰ ਹੁਣ ਆਪਾਂ ਇੱਥੇ ਤੋਂ ਪਾਈਏ ਚੱਲੇ, ਅਤੇ ਸਾਡੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਅਤੇ ਵੀਡੀਓ ਨੂੰ ਕਰਿਓ ਲਾਈਕ। ਮਿਲਦੇ ਹਾਂ ਅਗਲੀ ਵੀਡੀਓ 'ਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੀ ਫਤਿਹ ਬੁਲਾ ਦਿਓ ਇਨਾਇਤ ਕੌਰ। ਚਲੋ ਠੀਕ ਹੈ ਜੀ, ਹੁਣ ਉਹ ਤਾਂ ਲੱਗੇ ਹੋਏ।